हाँ भी हैरी बेटा, कि मैं सुस्त जा लग रहे हैं। टूर एंजॉय नहीं कीता? नहीं पापा, मैं तो बहुत एंजॉय कीता। कदे इंस्टा कदे फेसबुक रोज स्टेटस पाउंदा सीगा। थोनू पता है लाइक्स किन्ने आउंदे सी? लाइक ही लाइक ही लाइक। आ थोनू दिखावा? नहीं नहीं नहीं, सीधा होके गड्डी चला, होर ही ना एंजॉय करावे। ते शीला तू भाई? ना भी हैरी, आपा तो बिल्कुल एंजॉय नहीं कीता। तेरे पापा तेरे पापा नु तो हर वेले दुकान गाक दुकान गाक ओना दा ही फिकर लगा रहा। ओ भाई, ये भी मैं ही सोचना है, जे दुकान ना चलू गाक ना आउण फिर आपा टूर किवें करांगे? सब कुछ सोचना पैंदा। ओ गया ए, आ जा फड़ के करा। ओ खर जाए, सा चढ़ गया। ओहो, साहब तो कदा फड़े गया। सही गल है तेरी, हुणे आ जाणगे टल्ला जा मुंह करके वेखी जाए। ਉਹ ਮੈਂ ਤਾਂ ਪਹਿਲੇ ਕਿਹਾ ਸੀ ਸਭ ਤੋਂ ਕਦੋਂ ਫੜੇ ਜਾਣੇ ਜਨਾਬ। ਅੱਗੇ ਵੀ ਮੁਜਰਮ ਆਪਣੇ ਕਈ ਵਾਰੀ ਭੱਜੇ ਕਈ ਵਾਰੀ ਫੜੇ, ਫਿਰ ਕਿੱਡੀ ਗੱਲ ਹੋ ਗਈ। ਸਾਹਿਬ ਨੇ ਜਿਪਸੀ ਬਹੁਤ ਵੱਲੀ, ਜਨਾਬ ਨੇ ਜਿਪਸੀ ਦਾ ਭਜਾਈ ਆ। ਜਿਪਸੀ ਦੇ ਨੀ ਫੜ ਸਕੀ, ਆਪਾਂ ਭੱਜ ਕੇ ਕਿਤੋਂ ਫੜ ਲੈਂਦੇ? ਇਹ ਤਾਂ ਗੱਲ ਤੇਰੀ ਸਹੀ ਹੈ। ਉਹ ਮੇਰੇ ਹੁੰਦਿਆਂ ਮੁਜਰਮ ਭੱਜੇ, ਤੁਹਾਡੇ ਕੋ ਖਾ ਖਾ ਗੋਗੜਾ ਨਹੀਂ ਬਣਾਈਆਂ। ਉਹ ਲਿਆਂਦਾ ਤੁਹਾਡਾ ਪਤਾ ਨੀ, ਫੜੋ ਨਿਕਲ ਬਾਹਰ। ਓਏ ਤੂੰ ਇੱਥੇ ਬੈਠਾ ਹੀ ਕਰਦਾ? ਆ ਜਾ ਕੇ ਬੈਂਡ ਬਾਜੀ ਵਾਲੇ ਜਾਈਏ। ਮੈਂ ਆਉ? ਚੱਲ ਓਏ ਖੜਾ ਹੋ। ਜਨਾਬ ਮੈਂ ਨਹੀਂ ਖੜਾ ਹੁੰਦਾ, ਇੱਥੇ ਕਰ ਲੋ ਜੋ ਕੁਝ ਕਰਨਾ ਮੇਰੇ ਨਾਲ, ਮੈਂ ਤਾਂ ਇੱਥੇ ਬਹਿ ਕੇ ਜਾਊਂਗਾ। ਇਹਦਾ ਮਤਲਬ ਪੰਜਾਬ ਪੁਲਿਸ ਖੜ ਕੇ ਜਾਊਗੀ? ਤੁਹਾਡੀ ਮਰਜ਼ੀ, ਮੈਂ ਇੱਥੇ ਹੀ ਬਹੂ। ਉਹ ਚੱਲ ਫਿਰ, ਨਹੀਂ ਖੜਾ ਹੋ, ਕਰਦੇ ਇਹਦਾ ਮਸਲਾ ਹੱਲ ਕਰਦੇ। ਉਹ ਸਾਲੇ ਘਰ ਦੇ ਸਗੀ ਪਾਸੇ ਵਾ ਕਰੀਏ ਵੀ ਗੁੱਡੀ ਦਾ ਪਰਾਉਣਾ ਆ ਗਿਆ। ਉਹ ਜਨਾਬ ਪਰਾਉਣਾ ਨਹੀਂ ਲੱਗਦਾ, ਸਾਲਾ ਆ ਗਿਆ। ਸੋਹਣੇ ਸਾਲਾ ਗਾਲ ਹੁੰਦੀ ਐਵੇਂ ਨਾ ਕੋਈ ਪੰਗਾ ਪਾ ਦਿਓ ਨੱਕੇ ਤੇ ਕੋਈ। ਜਨਾਬ ਆਪਣੇ ਤਾਏ ਦੇ ਮੁੰਡੇ ਦਾ ਸਾਲਾ ਲੱਗਦਾ, ਆਪਣਾ ਵੀ ਸਾਲਾ ਹੀ ਲੱਗਿਆ। ਮੰਦਰ ਸਿਆ ਨਾ ਕੋਈ ਸਾਲਾ, ਨਾ ਕੋਈ ਜੀਜਾ, ਨਾ ਕੋਈ ਚਾਚਾ, ਨਾ ਕੋਈ ਭਤੀਜਾ, ਸਭ ਦੇ ਕਾਗਜ਼ ਚੈੱਕ ਕਰ, ਬੀਮਾ ਚੈੱਕ ਕਰ, ਪੋਲਿਊਸ਼ਨ ਚੈੱਕ ਕਰ, ਕੋਈ ਸੁੱਕਾ ਨਹੀਂ ਜਾਣਾ ਚਾਹੀਦਾ। ਰੋਕ ਲਾ ਹੁਣ, ਮੈਨੂੰ ਕੀ ਡਰ, ਰਿਸ਼ਤੇਦਾਰੀ ਹੈ। ਹੋਰ ਪੁਰਾਣੇ ਮਿੰਟ ਲੰਘ ਲਿਆ ਤਾਂ ਸਾਡਾ ਸਾਹਿਬ ਬੜਾ ਕੱਬਾ, ਇੱਥੇ ਨਾ ਕੋਈ ਚਾਚਾ, ਨਾ ਕੋਈ ਭਤੀਜਾ, ਨਾ ਕੋਈ ਸਾਲਾ, ਨਾ ਕੋਈ ਜੀਜਾ, ਕਾਗਜ਼ ਚੱਕਰਾ, ਪੋਲਿਊਸ਼ਨ ਚੱਕਰਾ, ਨਾਲੇ ਸਾਰੇ ਕੈਕਚਰ ਨਾਲ ਬੈਗ ਬੁਗਲ ਵਾ ਤੱਕ ਕੋਈ ਚੱਕਰਾ। ਬੈਗ ਤਾਂ ਨਹੀਂ ਲੱਗਾ ਪੁਰਾਣਾ ਸਾਹਿਬ। ਮੰਤਰ ਕੀ ਉਂਗਲਾਂ ਦੇ ਪਹਾੜੇ 'ਚ ਪੜਾਈ ਜਾਣਾ, ਜਿਹੜਾ ਕੰਮ ਕਿਹਾ ਉਹ ਕਰੋ। ਜਨਾਬ ਬੋਤਲ ਤੋਂ ਉੱਤੇ ਗਿਆ ਲੱਗਦਾ ਕੰਮ ਤਾਂ। ਉਹ ਮੈਂ ਤੈਨੂੰ ਕਪੈਸਿਟੀ ਚੈੱਕ ਕਰਨ ਨੂੰ ਕਿਹਾ, ਜਿਹੜਾ ਕੰਮ ਕਿਹਾ ਉਹ ਕਰੋ। ਤੇਰੇ ਮੈਂ ਕਢਾਉਂਦਾ ਤਾਂ। ਉਹ ਮੰਦਰ, ਉਹ ਇਹਦਾ ਹਿਸਾਬ ਬਾਅਦ 'ਚ ਕਰਾਂਗੇ, ਰੁਬਾ ਉਹ ਵੇਖ ਕੇ ਤੁਰ ਆਉਂਦਾ। ਟੁੱਟੀਆਂ ਜੀ, ਬੈਂਕ ਵਾਲੇ ਪੱਤਰ ਤੇ ਪੱਤਰ ਘੱਲਣ ਡਿਆ ਜਨਾਬ। ਮਜ਼ਾਕ ਕਰਦਾ ਜੀ ਜਨਾਬ? ਚਲੋ ਤਾਂ ਮੰਨ ਲਿਆ ਤੂੰ ਲੋਨ ਕਰਾਇਆ, ਤੁਸੀਂ ਤਾਂ ਕਵਾੜ ਤੇ ਲੋਨ ਲੈਣ ਲੱਗਿਆ, ਸ਼ਰਮ ਨਹੀਂ ਕੀਤੀ? ਬੈਂਕ ਨੇ ਵੀ ਸ਼ਰਮ ਨਹੀਂ ਕੀਤੀ ਕਵਾੜ ਤੇ ਲੋਨ ਦੇਣ ਲੱਗਿਆ? ਮਹਾਰਾਜ ਰੋਜੀ ਰੋਟੀ ਸਾਡੀ ਤਰਸ ਕਰੋ ਬੱਚਿਆਂ ਵਾਲਿਓ। ਬੜੇ ਛਣੇ ਢੋਲਕੀਆਂ ਚੱਕੇ ਆ, ਕਿੱਥੇ ਆ ਖੜਾ ਅੱਜ? ਸਾਡੇ ਕਦੇ ਖੜੇ ਮਹਾਰਾਜ, ਬੱਚੇ ਪਾਲਣ ਦੇ ਮਾਲਕੋ। ਆ ਤੁਸੀਂ ਬੱਚੇ ਪਾਲਣ ਦੀ ਗੱਲ ਕਰਦੇ ਆ, ਖਾ ਖਾ ਕੇ ਗੋਗੜਾ ਵਧਾਈਆਂ ਮੰਦਰ? ਉਹ ਕਿਉਂ ਕਲਾਕਾਰਾਂ ਨੂੰ ਤੰਗ ਕਰੀ ਜਾਂਦੇ ਯਾਰ? ਉਹ ਜਨਾਬ ਕਹਿੰਦੇ ਕੋਈ ਨੀ, ਦਸ ਮਿੰਟ ਪਾ ਲਓ, ਗੌਣ ਪਾਣੀ ਸੁਣ ਲੈਂਦੇ ਨਹੀਂ ਅੜਦੇ ਫਿਰ। ਮੰਨ ਜਾਓ ਜਨਾਬ। ਉਹ ਜਨਾਬ ਮੈਂ ਵੀ ਕਲਾਕਾਰ ਹਾਂ। ਹਾਂਜੀ ਜਨਾਬ, ਤੁਸੀਂ ਦਸ ਮਿੰਟ ਬੈਠੋ, ਸਾਨੂੰ ਲਾ ਲੈਂਦੇ ਨਾਕਾ ਕਿਰਾ ਜੀ, ਫਿਰ ਕਰਦੇ ਹਾਂ ਤੁਹਾਡੀ ਸੇਵਾ ਪਾਣੀ, ਨਾਲੇ ਮੁੰਡਿਆਂ ਨੂੰ ਮੰਡੀ ਕਰਦੇ, ਹਨਾ ਬਹਿ ਜਾਓ। ਆ ਰੋਕੋ, ਇਹ ਕੀ ਮੰਡੀਰ ਖਾਣਾ ਤੁਰਿਆ ਆਉਂਦਾ, ਰੋਕੋ। ਆ ਰੋਕ ਲਾ ਹੁਣ। ਉਹ ਬੈਲਟ ਨਹੀਂ ਲਾਈ ਵੀ।
ਜਾਣਦੇ ਹੋ ਜਨਾਬ ਢਿੱਲੋਂ ਸਾਹਿਬ ਦਾ ਭਤੀਜਾ ਜੀ ਮੈਂ। ਜਨਾਬ ਇਹ ਢਿੱਲੋਂ ਸਾਹਿਬ ਦਾ ਭਤੀਜਾ ਕਹਿੰਦਾ। ਕਾਕਾ ਇਹ ਕਿਹੜੇ ਕਾਨੂੰਨ ਚ ਲਿਖਿਆ ਵੀ ਢਿੱਲੋਂ ਸਾਹਿਬ ਦੇ ਭਤੀਜੇ ਨੇ ਬੈਲਟਰੀ ਲਾਉਣੀ? ਉਹ ਨਾਲੇ ਤੂੰ ਕਿਹੜੇ ਢਿੱਲੋਂ ਸਾਹਿਬ ਦਾ ਭਤੀਜਾ ਹੈ? ਬੀਨੂ ਢਿੱਲੋਂ ਦਾ, ਦਿਲਪ੍ਰੀਤ ਢਿੱਲੋਂ ਦਾ ਜਾਂ ਦੀਪ ਢਿੱਲੋਂ ਦਾ? ਕਾਗਜ਼ ਦਿਖਾ ਸਰ। ਐਕਸਕਿਊਜ਼ ਮੀ ਸਰ, ਮੈਨੂੰ ਜਾ ਲੈਣ ਦਿਓ, ਮੇਰਾ ਹੈਲਮੇਟ ਵੀ ਕਰੇ ਹੈ ਤੇ ਮੇਰੇ ਸਾਰੇ ਕਾਗਜ਼ ਵੀ ਕਰੇ ਹੈ। ਆ ਜਨਾਬ, ਆ ਕੁੜੀ ਕਹਿੰਦੀ ਨਾ ਮੇਰੇ ਕੋਲ ਹੈਲਮੇਟ ਨਾ ਆਰਸੀ ਹੈ ਜੀ। ਸਰ ਉਹਨੂੰ ਤਾਂ ਲੰਘਾ ਤਾਂ, ਮੈਨੂੰ ਵੀ ਜਾਣ ਦਿਓ। ਉਹ ਸ਼ਦਾਈਆ, ਉਹ ਪੰਜਾਬ ਪੁਲਿਸ ਦੇ ਦਿਲ ਨਹੀਂ ਹੁੰਦਾ ਓਏ। ਹਾਂਜੀ ਥਾਣੇਦਾਰ ਸਾਹਿਬ, ਢਿੱਲੋਂ ਬੋਲ ਰਿਹਾ ਫਰੀਦਕੋਟ ਤੋਂ। ਹਾਂਜੀ ਹਾਂਜੀ ਢਿੱਲੋਂ ਸਾਹਿਬ। ਉਹ ਬਈ ਛੱਡ ਮੁੰਡੇ ਨੂੰ, ਆਪਣਾ ਹੀ ਮੁੰਡਾ ਹੈ। ਲਓ ਜਨਾਬ, ਲਓ ਆ ਗਿਆ, ਪਹੁੰਚ ਗਿਆ ਘਰੇ ਜੀ, ਤੁਸੀਂ ਫਿਕਰ ਕਰੋ। ਚੱਲ ਵੀ ਕਾਕਾ, ਚਲੋ ਸ਼ਾਬਾਸ਼, ਚੱਲ ਵੀ ਕਾਕਾ, ਚੱਲ ਪਹੁੰਚੋ। ਥੈਂਕ ਯੂ ਸਰ। ਆ ਇੱਕ ਤਾਂ ਯਾਰ ਸਿਫਾਰਸ਼ਾਂ ਨੇ ਮਾਰ ਲਿਆ। ਪਤਾ ਨਹੀਂ ਯਾਰ ਕਿਹੜੇ ਢਿੱਲੋਂ ਸਾਹਿਬ ਸੀ। ਜਨਾਬ ਮੈਂ ਵੀ ਜਾਵਾਂ ਜੀ, ਪਿੰਡ 'ਚ ਮੈਨੂੰ ਵੀ ਢਿੱਲੋਂ ਢਿੱਲੋਂ ਹੀ ਕਹਿੰਦੇ ਆ। ਮਾਰੂ ਤੇਰੇ ਕੰਨ 'ਤੇ ਮੈਂ ਵੱਡਾ ਢਿੱਲੋਂ। ਬਹਿ ਜਾ। ਉਹ ਕਿਹੋ ਜਿਹੇ ਤੇਰੇ ਰਿਸ਼ਤੇਦਾਰ ਹੈ? ਸਾਹ ਮਿਲੂ ਯਾਰ। ਬਹਿ ਜਾ ਵੱਡਾ ਢਿੱਲੋਂ, ਤੂੰ ਮੇਰੀ ਵੀ ਬੇਇੱਜ਼ਤੀ ਕਰਾਉਣ ਲੱਗਿਆ ਤੂੰ। ਟੇਕ ਕੇ ਬਹਿ ਜਾ ਆਰਾਮ ਨਾਲ। ਹਾਂ ਵੀ ਮੰਦਰ ਸਿੰਘ, ਕਿਵੇਂ ਆ? ਉਹ ਚੈਕਿੰਗ ਬਹੁਤ ਹੋ ਗਈ ਯਾਰ, ਚੱਲੀਏ, ਟਾਈਮ ਬਹੁਤ ਹੋ ਗਿਆ ਯਾਰ। ਜਨਾਬ ਆ ਜਿਹੜੇ ਤੜਕੇ ਦੇ ਦੋ ਭਾਈ ਆ, ਇਹਨਾਂ ਦਾ ਕੋਈ ਗੌਣ ਪਾਣੀ ਸੁਣ ਲਈਏ? ਤੂੰ ਨਹੀਂ ਟਲਦਾ ਯਾਰ, ਉਹ ਟਾਈਮ ਬਹੁਤ ਹੋ ਗਿਆ, ਉਹਨੂੰ ਜਾਣ ਦੇ ਗਰੀਬਾਂ ਨੂੰ ਕਾਹਨੂੰ ਤੰਗ ਕਰਦਾ ਯਾਰ। ਸੁਣਾ ਦਿਓ ਅੱਜ ਨਾਲੇ ਵਾਜੇ ਢੋਲਕੀਆਂ ਹੈਗੇ। ਉਹ ਮੈਂ ਲੈ ਜਨਾਬ, ਲਾ ਦਿਓ ਇੱਕ ਅੱਧੀ ਆਈਟਮ ਪਰ। ਬਹਿ ਜਾ ਆਰਾਮ ਨਾਲ, ਹੁਣ ਤਾਂ ਸਰੋਤੇ ਵੀ ਕਹਿਣ ਲੱਗ ਗਏ। ਸੁਣਾ ਦਿਓ। ਚੱਲ ਯਾਰ ਤੈਨੂੰ ਖੋਜ ਕਰ ਦਿੰਦੇ ਆ, ਆ ਜਾਓ ਫਿਰ। ਉਹ ਲੈ ਵੀ ਉਡਿਓ, ਖੋਲੋ ਸਾਜ ਕਰਾਂ। ਸ਼ਾਬਾਸ਼ ਜਨਾਬ, ਢਿੱਲੋਂ ਸਾਨੂੰ ਦੱਸ ਕੇ ਨੀ ਗਏ, ਹੁਣ ਮੈਂ ਜਾਵਾਂ ਕਿੱਥੇ ਰਵਾਂ? ਚੱਲ ਘਰੇ ਪਹੁੰਚ ਜਾਣੀ, ਠਾਲੇ ਲੈ ਜਾਗੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਪਿੰਡ ਵਿੱਚ ਚੋਰੀਆਂ ਬਹੁਤ ਵੱਧ ਗਈਆਂ ਹਨ, ਇਸੇ ਕਰਕੇ ਅੱਜ ਰਾਤ ਤੋਂ ਪਹਿਰਾ ਲਗਾਉਣਾ ਸ਼ੁਰੂ ਕੀਤਾ ਜਾਵੇਗਾ ਅਤੇ ਜੋ ਵੀ ਚੋਰਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਆ ਕੇ ਦੇਵੇਗਾ। ਜਨਾਬ ਚੋਰਾਂ ਨੇ ਬਹੁਤ ਹੱਥ ਚੁੱਕੀ। ਜੇ ਚੋਰ ਹੈ ਤਾਂ ਪੁਲਿਸ ਹੈ, ਜੇ ਪੁਲਿਸ ਹੈ ਤਾਂ ਥਾਣੇ ਹੈ, ਸਾਨੂੰ ਕਿਹਨੇ ਨੌਕਰੀ ਦੇਣੀ ਸੀ? ਇਹ ਤਾਂ ਜਨਾਬ ਮੈਂ ਸੋਚਿਆ ਹੀ ਨਹੀਂ। ਚੱਲ ਕੋਈ ਨਹੀਂ, ਤੂੰ ਬਾਹਲਾ ਨਾ ਸੋਚਿਆ ਕਰ, ਐਵੇਂ ਲੋੜ ਪੈ ਜੀ ਜਨਾਬ, ਆਪਾਂ ਆਪਦੇ ਕੰਮ ਤੇ ਧਿਆਨ ਦਈਏ। ਚਲੋ ਵੀ ਚਲੋ ਚਲੋ ਵੀ ਚਲੋ ਚਲੋ ਸ਼ਾਬਾਸ਼ ਚਲੋ ਸਾਰੇ ਚਲੋ 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 ਹਾਂ ਵੀ ਬੱਚੋ ਚਲੋ ਖੇਡੋ ਖੇਡੋ ਸ਼ਾਬਾਸ਼ ਚਲੋ ਚਲੋ ਬੱਚੋ ਚਲੋ ਤੁਸੀਂ ਵੀ ਚਲੋ 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 ਡੱਬਿਆਂ ਦਾ ਭੂਚਾਲ ਲਿਆਉਂਦਾ ਪਿਆ। ਹੈਂ ਚੰਗਾ ਸੇਠਾ, ਮਾੜਾ ਕੰਮ ਹੀ ਹੋਇਆ। ਉਹ ਸੇਠਾ, ਉਹ ਤੇਰੇ ਯਾਰ ਚੋਰੀ ਹੋ ਗਈ, ਤੂੰ ਪੁਲਿਸ ਨੂੰ ਦੱਸਿਆ ਹੀ ਨਹੀਂ, ਉਹ ਰਿਪੋਰਟ ਲਿਖਾਏਗਾ ਤਾਂ ਹੀ ਤੇਰਾ ਕੰਮ ਹੋਊਗਾ ਕੋਈ। ਜਨਾਬ ਇਹ ਕਿਸੇ ਵੱਡੇ ਚੋਰ ਦਾ ਕੰਮ ਲੱਗਦਾ। ਉਹ ਯਾਰ ਤੇਰੇ ਨਾਲ ਚੋਰ ਕੁਸ਼ਤੀ ਲੜਦਾ ਰਿਹਾ, ਜਿਹੜਾ ਕੰਮ ਕਰਨਾ ਕਰੋ। ਉਹ ਖੁਸ਼ੀ ਰਾਮ ਜੀ, ਤੁਸੀਂ ਰਿਪੋਰਟ ਨਹੀਂ ਲਿਖਾਈ, ਰਿਪੋਰਟ ਲਿਖਾਓਗੇ ਤਾਂ ਹੀ ਤਫਤੀਸ਼ ਕਰੂਗੀ ਪੁਲਿਸ। ਮੈਂ ਕਿਹਾ ਜੀ ਇੱਕ ਵਾਰੀ ਲੁੱਟੀ ਗਈ, ਦੂਜੀ ਵਾਰੀ ਖਾਣੂ। ਖੁਸ਼ੀ ਰਾਮ ਜੀ, ਪੁਲਿਸ ਨਾਲ ਮਜ਼ਾਕ ਨਹੀਂ ਕਰੀਦਾ ਹੁੰਦਾ। ਖੁਸ਼ੀ ਰਾਮ ਜੀ, ਹੁਣ ਚੌੜ ਬਹੁਤ ਹੋ ਗਈ ਹੈ, ਕਰੀਏ ਕੋਈ ਕੰਮ ਦੀ ਗੱਲ। ਕਾਫੀ ਵੱਡੇ ਚੋਰ ਦਾ ਕੰਮ ਲੱਗਦਾ, ਪ੍ਰੋਫੈਸ਼ਨਲ ਚੋਰ ਹੈ, ਛੱਤ ਵੀ ਪਾੜਨ ਦੀ ਕੋਸ਼ਿਸ਼ ਲੱਗਦਾ ਜਨਾਬ। ਲੌਕ ਆਓ ਤੋੜਿਆ। ਹਾਂਜੀ, ਕੀਮਤੀ ਕੀਮਤੀ ਚੀਜ਼ਾਂ ਲੱਗਿਆ ਪਤੰਦਰ, ਕਿਸੇ ਪ੍ਰੋਫੈਸ਼ਨਲ ਚੋਰ ਦਾ ਕੰਮ ਹੈ। ਜਨਾਬ ਮੈਂ ਤਾਂ ਪਹਿਲਾਂ ਹੀ ਦੱਸਿਆ ਸੀ ਕਿਸੇ ਵੱਡੇ ਚੋਰ ਦਾ ਕੰਮ ਹੈ। ਉਹ ਲਿਖਾਓ ਛੋਟੀ ਕੀ ਕੀ ਦਿਖਾਣ ਹੋਇਆ। ਨੁਕਸਾਨ ਤਾਂ ਹਜੇ ਹੋ ਹੀ ਜਾਂਦਾ ਜੀ। ਹਾਂ ਵੀ ਖੁਸ਼ੀ ਰਾਮ, ਲਿਖਾਓ ਮੰਦਰ ਸਾਨੂੰ ਕਰਾਂ ਕੀ ਕੀ ਸਮਾਨ ਚੋਰੀ ਹੋਇਆ, ਲਾਈਏ ਫਿਰ ਹਿਸਾਬ ਕਿਤਾਬ, ਜਾਂ ਫਿਰ ਕਰੀਏ ਤਫਤੀਸ਼ ਸ਼ੁਰੂ। 50 ਰੁਪਏ ਦੀਆਂ ਤਾਂ ਜੀ ਛੋਟੀਆਂ ਇਲਾਇਚੀਆਂ ਲੈ ਗਏ, ਹਲਦੀ ਲੈ ਗਏ, ਮਸਾਲਾ ਲੈ ਗਏ, ਮਿਰਚਾਂ ਲੈ ਗਏ, ਲੂਣ ਲੈ ਗਏ। ਉਹ ਸੇਠਾ ਯਾਰ ਤੂੰ ਤਾਂ ਬਾਹਲੀ ਬਰੀਕੀ 'ਚ ਪੈ ਗਿਆ। ਉਹ ਜਨਾਬ ਘਰ ਦਾ ਸੌਦਾ ਲਿਖਾਈ ਜਾਂਦਾ। ਉਹ ਖੁਸ਼ੀ ਰਾਮ ਮੋਟਾ ਮੋਟਾ ਸਮਾਨ ਲਿਖਾ, ਪੁਲਿਸ ਕੋਲ ਇੰਨਾ ਟਾਈਮ ਹੈ ਨੀਗਾ। ਫਰਿੱਜ ਲੈ ਗਏ, ਟੈਲੀਵਿਜ਼ਨ ਲੈ ਗਏ, ਅੱਛਾ ਜਰਨੇਟਰ ਲੈ ਗਏ, ਹੋਰ ਬੱਚਿਆਂ ਦੇ ਕੱਪੜੇ ਲੈ ਗਏ ਤੇ ਨਾਲੇ ਬਦਾਮ ਲੈ ਗਏ। ਜਨਾਬ ਕਾਜੂ ਬਦਾਮ ਤਾਂ ਅਜੇ ਪਏ ਹੈ। ਤਫਤੀਸ਼ ਵੀ ਤਾਂ ਚੱਲੀ ਜਾਂਦੀ ਹੈ ਜੀ ਹਜੇ। ਉਹ ਸੇਠਾ ਯਾਰ ਤੂੰ ਹੋਰ ਹੀ ਗੱਲਾਂ ਕਰਨ ਲੱਗਿਆ, ਤਫਤੀਸ਼ ਕਰਾਉਣੀ ਕਿ ਨਹੀਂ ਕਰਾਉਣੀ? ਚੋਰ ਫੜਨਾ ਕਿਤੇ ਸੌਖੀ ਗੱਲ ਹੈ? ਪਾਪਾ ਚੋਰ ਫੜ ਲਿਆ। ਅੱਛਾ ਤਾਂ ਯਾਰ ਤੈਨੂੰ ਕੀ ਹੋਇਆ ਹੈ? ਤਫਤੀਸ਼ ਹਜੇ ਚੱਲੀ ਜਾਂਦੀ, ਤੂੰ ਚੋਰ ਕਿੱਥੋਂ ਫੜ ਲਿਆ? ਪੁਲਿਸ ਦੇ ਕੰਮ 'ਚ ਵਿਘਨ ਨਹੀਂ ਪਾਈ ਦਿੰਦਾ। ਸੇਠਾ ਕੌਣ ਹੈ ਇਹ? ਬੇਟਾ ਹੈ ਜੀ ਮੇਰਾ। ਇਹ ਪਹਿਲਾਂ ਇਹੋ ਜਿਹਾ ਕਿ ਚੋਰੀ ਦੀ ਟੈਨਸ਼ਨ ਜੀ ਲੈ ਗਿਆ? ਨਹੀਂ ਪਾਪਾ, ਆਹ ਦੇਖੋ ਚੋਰ ਮਿਲ ਗਿਆ, ਇਹ ਉਹੋ ਹੀ ਹੈ। ਆਹ ਜਿਹੜੀ ਸ਼ਰਟ ਪਾ ਕੇ ਚੋਰ ਨੇ ਸਟੇਟਸ ਲਾਇਆ ਨਾ, ਇਹ ਆਪਣੀ ਦੁਕਾਨ ਤੋਂ ਹੀ ਤਾਂ ਚੋਰੀ ਹੋਈ ਹੈ ਪਾਪਾ। ਆਹ ਦੇਖੋ ਬਈ ਚੋਰ। ਇਹ ਤਾਂ ਜਨਾਬ ਮੁੱਠੀ 'ਚ ਆਪਣੀ 'ਚ ਪਾਤੀ ਕਾਰਵਾਈ ਜਨਾਬ। ਇਹ ਤਾਂ ਐਂ ਕਰੋ ਫਿਰ, ਆਹ ਲੈ ਜਾਓ ਸੇਠ ਦਾ ਮੋਟਰਸਾਈਕਲ ਤੇ ਲਿਆਓ ਨੂੰ ਕਰਾ ਫੜ ਕੇ। ਠੀਕ ਹੈ ਜਨਾਬ। ਤੇ ਆਹ ਬਦਾਮ ਇਹਨੂੰ ਫੜਾ ਜਾਓ ਕਿਰਾਂ। ਖੁਸ਼ੀ ਰਾਮ ਜੀ ਕੀ ਕਰੀਏ, ਪੁਲਿਸ ਵੀ ਬੜੀ ਮਜਬੂਰ ਹੈ, ਚੋਰੀਆਂ ਹੋ ਹੀ ਬਹੁਤ ਰਹੀਆਂ। ਇਹ ਤਾਂ ਹੈ ਜੀ, ਨਫਰੀ ਬਹੁਤ ਘੱਟ ਹੈ, ਕੰਮ ਬਹੁਤ ਜ਼ਿਆਦਾ ਹੈ, ਪੁਲਿਸ ਵੀ ਕੀ ਕਰੇ। ਆਹ ਆ ਗਿਆ ਤੁਹਾਡਾ ਚੋਰ। ਆ ਲਓ ਜਨਾਬ। ਅੱਛਾ ਬੰਦਾ ਭੱਜਿਆ ਦਿੰਦੇ ਸੀ ਸਰ। ਓਏ ਤੂੰ ਪੁਲਿਸ ਨੂੰ ਸਲੂਟ ਕਿਉਂ ਮਾਰਿਆ ਓਏ? ਜਨਾਬ ਮੈਂ ਤੁਹਾਡਾ ਸਟਾਫ ਮੈਂਬਰ ਹਾਂ ਜੀ, ਥਾਣੇ ਆਪਣੀ ਆਉਣੀ ਜਾਣੀ ਲੱਗੀ ਰਹਿੰਦੀ ਹੈ ਜੀ। ਚੱਲ ਓਏ ਬੰਦੇ ਤਰ੍ਹਾਂ ਖੜ ਨਹੀਂ ਲਈਦਾ ਹੁੰਦਾ। ਉਹ ਬਹਿ ਜਾ ਥੱਲੇ। ਚਲੋ ਖੜੋ। ਓਏ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ ਇੱਥੇ ਚੋਰੀ ਕਰਨੀ ਆ? ਓਏ ਜਨਾਬ ਨਾ ਨੈਟ ਤੋਂ। ਨੈਟ ਤੋਂ? ਓਏ ਕਿਹੜਾ ਸੌਫਟਵੇਅਰ ਆ ਗਿਆ ਓਏ? ਜਨਾਬ ਫੇਸਬੁੱਕ, ਇੰਸਟਾ, ਵਟਸਐਪ, ਇਹ ਸਟੋਰੀਆਂ ਪਾਉਂਦੇ ਨੇ ਇੰਜੋਏ ਇਨ ਸ਼ਿਮਲਾ, ਅਸੀਂ ਇੱਥੇ ਇੰਜੋਏ ਕਰ ਲਿਆ। ਚੱਲ ਹੁਣ ਫਿਰ ਤੈਨੂੰ ਥਾਣੇ ਇੰਜੋਏ ਕਰਾਉਣੇ? ਨਹੀਂ ਜਨਾਬ ਜੀ, ਛੱਡ ਦੋ ਮੈਨੂੰ। ਸੇਠ ਜੀ ਆਪਣੇ ਜਵਾਕਾਂ ਦਾ ਵੀ ਸਰਿਆ ਪਿਆ, 4 ਦਿਨ ਕਿਤੇ ਕਬਜ਼ੀ ਹੋ ਜਾਣਾ, ਖੁੱਲ੍ਹ ਕੇ ਆ ਜਾਣਾ, ਇੰਗਲਿਸ਼ ਸੀਟ 'ਤੇ ਬਹਿ ਕੇ ਸਟੇਟਸ ਪਾਉਣਗੇ, ਫੀਲਿੰਗ ਰਿਲੈਕਸਡ, ਕੀ ਬਣੂਗੇ ਨਾ ਜਵਾਕਾਂ ਦਾ। ਚਲੋ ਹੁਣ ਤੈਨੂੰ ਥਾਣੇ ਕਰਾਉਣੇ ਇੰਜੋਏ। ਚਲੋ ਸੇਠ ਜੀ ਦਈਏ ਪਰਚਾ। ਉਹ ਚਲੋ ਛੱਡੋ ਥਾਣੇਦਾਰ ਸਾਹਿਬ, ਜਦੋਂ ਆਪਦੀ ਲਾਦ ਹੀ ਨਹੀਂ ਚੰਗੀ, ਨੈੱਟ 'ਤੇ ਸਟੇਟਸ ਪਾ ਪਾ ਦੱਸਣਗੇ ਵੀ ਅਸੀਂ ਘਰੇ ਹੈ ਨਹੀਂ, ਫਿਰ ਚੋਰਾਂ ਨੇ ਤਾਂ ਆਪਦਾ ਕੰਮ ਕਰਨਾ ਹੀ ਹੋਇਆ ਨਾ। ਗੱਲ ਸੁਣ ਵੀ, ਜਿਹੜਾ ਚੋਰੀ ਦਾ ਸਮਾਨ ਸਾਰਾ ਸੇਠ ਨੂੰ ਵਾਪਸ ਕਰ, ਅਤੇ ਜਿਹੜੇ ਆ ਪੁਲਿਸ ਵਾਲੇ ਨੇ ਬਦਾਮ ਖਾਧੇ ਉਹ ਵੀ ਤੂੰ ਵਾਪਸ ਕਰਨੇ। ਠੀਕ ਹੈ ਜੀ। ਖੁਸ਼ ਹੈ ਸੇਠਾ? ਲੈ ਬੁਲਾਵ ਦੇ ਮੁੰਡੇ ਨੂੰ ਕਰੀਏ ਇੱਕ ਫੋਟੋਗ੍ਰਾਫ। ਹੈਰੀ! ਉਹ ਹੈਰੀ ਗੱਲ ਸੁਣ। ਉਹ ਪੁੱਤ ਹੈਰੀ! ਪਾਪਾ! ਹਾਂਜੀ ਪਾਪਾ। ਗੱਲ ਸੁਣ, ਉਹ ਸਾਰੇ ਸੈਲਫੀ ਖਿੱਚ। ਚਲੋ ਚਲੋ। ਲੈ ਫੜਾ ਉਰੇ। ਲੈ ਦੇਖੋ ਜੀ, ਗੱਲ ਸੁਣ ਮੇਰੀ, ਆਹ ਫੋਟੋ ਦਾ
स्टेटस ना पा दी कि सीक्रेसी भी कोई चीज़ होंगी है जिंदगी विच प्राइवेसी बहुत जरूरी है हर चीज़ ना फेसबुक उत्ते शेयर करी जाए ठीक है सियाने बच्चे बनो शाबाश आल जाओ हाँ जनाब बस वो चोरी का काम सी सेठ दे हो गया निबड़ गया जी निबड़ गया जनाब ऐसा की करना जान दिए फिर उदू ले फिर तेन अजे जा पा जा ठीक है चलो जनाब ओनू छड़ता जनाब मैनू भी जान दियो जनाब बह जाए जे ऐ बाहर दी बार असीं मुजरम छड़न लग गए साढ़े तां थाने चल गए